सरकार नूं बिजली दे रेट नहीं वधाने चाहिए सीगे। हुण तां वैसे भी गर्मी बहुत जोर नाल आ रही हैगी है, हुण तां एसी वगैरा भी चलने हैगे आ, संगो सरकार नूं रेट घटाने चाहिए सी। ਤੇ ਜੇਬ ਤੇ ਫਰਕ ਪੈਗਾ ਹੀ ਪੈਗਾ, ਅੱਗੇ ਰੋਟੀ ਪਾਣੀ ਨਹੀਂ ਨਿਕਲਦਾ, ਹੁਣ ਬੱਤੀ ਦੇ ਖਰਚੇ ਹੋਰ ਵੱਧ ਪੈਣਗੇ, ਉੱਤੇ ਮੁਸ਼ਕਿਲ ਹੋ। ਬੇਨਤੀ ਹੈ ਜੀ ਤੁਹਾਨੂੰ ਕਰੋ ਕਿਰਪਾ ਸਾਡੇ ਸਿਰ ਤੇ। ਸਰਾਸਰ ਧੱਕਾ ਹੈ ਇਹਦੇ ਤੇ, ਅਸੀਂ ਬਿਲਕੁਲ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ। ਪੰਜਾਬ ਤੇ ਲੋਕਾਂ ਤੇ ਵਾਧੂ ਬੋਝ ਪਾਇਆ ਗਿਆ, ਕਿਉਂਕਿ ਬਿਜਲੀ ਇਹ ਦੇ ਹੀ ਨਹੀਂ ਸਕਦੇ। ਕਿਉਂਕਿ ਕੋਈ ਵੀ ਡਿਪਾਰਟਮੈਂਟ ਹੈ ਆਪਣੇ ਖਰਚਿਆਂ ਨੂੰ ਅਨੈਲਿਸਿਸ ਕਰਦਾ, ਕਿਉਂਕਿ ਕੋਲੇ ਦੇ ਖਰਚੇ ਵਧੇ ਹੋਊਗੇ, ਕੋਈ ਸੈਂਟਰ ਗਵਰਨਮੈਂਟ ਨੇ ਕਈ ਵਾਰੀ ਫਰੇਟ ਵੱਧ ਜਾਂਦੇ ਆ ਜਾਂ ਇੱਦਾਂ ਦੇ ਬਹੁਤ ਸਾਰੇ ਖਰਚੇ ਹੁੰਦੇ, ਉਹਨੂੰ ਅਨੈਲਿਸਿਸ ਕਰਦਾ। ਉਹ ਅੱਜ ਅਗਰ ਕੋਈ ਇੱਦਾਂ ਇਹਨਾਂ ਨੇ ਆਪਸ ਅਨੈਲਿਸਿਸ ਕੀਤਾ, ਲੇਕਿਨ ਲੋਕਾਂ 'ਤੇ ਜ਼ਿਆਦਾ ਬੋਝ ਨਹੀਂ ਪੈਣ ਦਿਆਂਗੇ। ਮੌਸਮ ਕਰੇ ਗਰਮੀ ਵਾਲੇ ਸਟੰਟ ਅਤੇ ਉੱਤੋਂ ਲੱਗਿਆ ਮਹਿੰਗੀ ਬਿਜਲੀ ਦਾ ਕਰੰਟ। ਮੁਫਤ ਬਿਜਲੀ ਦਾ ਲਾਹਾ ਲੈ ਰਹੇ ਪੰਜਾਬ ਦੇ ਲੋਕਾਂ ਨੂੰ ਗਰਮੀ ਦੇ ਮੌਸਮ 'ਚ ਮਹਿੰਗੀ ਬਿਜਲੀ ਵਾਲਾ ਸੇਕ ਲੱਗੇਗਾ, ਕਿਉਂਕਿ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਜੋ ਵਧਾ ਦਿੱਤੇ ਨੇ। ਇਸੇ ਲਈ ਕਾਰੋਬਾਰੀਆਂ ਤੋਂ ਲੈ ਕੇ ਘਰੇਲੂ ਉਪਭੋਗਤਾ ਤੱਕ ਸਭ ਖਾਸੇ ਦੁਖੀ ਨੇ। ਪਹਿਲਾਂ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਇਜ਼ਾਫਾ ਕਿੰਨਾ ਹੋਇਆ। ਜੇਕਰ ਮੀਟਰ 2 ਕਿਲੋਵਾਟ ਤੱਕ ਦਾ ਤਾਂ 100 ਯੂਨਿਟ ਤੱਕ 70 ਪੈਸੇ ਦਾ ਇਜ਼ਾਫਾ ਹੋਇਆ, ਯਾਨੀ ਕਿ 3.49 ਤੋਂ ਵਧਾ ਕੇ 4.19 ਪੈਸੇ ਪ੍ਰਤੀ ਯੂਨਿਟ ਰੇਟ ਕੀਤਾ ਗਿਆ। ਇਸ ਦੇ ਇਲਾਵਾ 101 ਤੋਂ 300 ਯੂਨਿਟ ਤੱਕ 5.84 ਤੋਂ ਵਧਾ ਕੇ 6.64 ਪੈਸੇ ਕੀਤਾ ਗਿਆ, ਯਾਨੀ ਕਿ 80 ਪੈਸੇ ਦਾ ਇਜ਼ਾਫਾ। 300 ਵੱਧ ਯੂਨਿਟਸ ਤੇ 7.30 ਤੋਂ ਵਧਾ ਕੇ 7.75 ਪੈਸੇ ਰੇਟ ਕੀਤਾ ਗਿਆ, ਯਾਨੀ ਕਿ 45 ਪੈਸੇ ਦਾ ਇਜ਼ਾਫਾ। ਜੇਕਰ 2 ਤੋਂ 7 ਕਿਲੋਵਾਟ ਦਾ ਮੀਟਰ ਹੈ ਤਾਂ 100 ਯੂਨਿਟ ਤੱਕ 3.74 ਤੋਂ ਵਧਾ ਕੇ 4.44 ਪੈਸੇ ਯਾਨੀ ਕਿ 70 ਪੈਸੇ ਦਾ ਇਜ਼ਾਫਾ ਹੈ। 101 ਤੋਂ 300 ਤੱਕ 5.84 ਤੋਂ ਵਧਾ ਕੇ 6.64 ਪੈਸੇ ਯਾਨੀ ਕਿ 80 ਪੈਸੇ ਦਾ ਇਜ਼ਾਫਾ ਹੈ। ਜੇਕਰ 300 ਤੋਂ ਵੱਧ ਯੂਨਿਟਸ ਨੇ ਤਾਂ 7.30 ਤੋਂ ਵਧਾ ਕੇ 7.75 ਕੀਤੇ ਗਏ ਨੇ, ਯਾਨੀ ਕਿ 45 ਪੈਸੇ ਦਾ ਇਜ਼ਾਫਾ। ਜੇਕਰ ਮੀਟਰ 7 ਤੋਂ 50 ਕਿਲੋਵਾਟ ਦੇ ਦਰਮਿਆਨ ਹੈ ਤਾਂ 100 ਯੂਨਿਟ ਤੱਕ 4.64 ਤੋਂ 5.34 ਪੈਸੇ ਕਰ ਦਿੱਤੇ ਗਏ ਨੇ, ਯਾਨੀ ਕਿ 70 ਪੈਸੇ ਦਾ ਇਜ਼ਾਫਾ। 101 ਤੋਂ 300 ਯੂਨਿਟ ਤੱਕ 6.50 ਤੋਂ ਵਧਾ ਕੇ 7.15 ਪੈਸੇ ਕੀਤਾ ਗਿਆ, ਯਾਨੀ ਕਿ 65 ਪੈਸੇ ਦਾ ਇਜ਼ਾਫਾ। 300 ਤੋਂ ਵੱਧ ਯੂਨਿਟ ਤੇ 7.50 ਤੋਂ ਵਧਾ ਕੇ 7.75 ਪੈਸੇ ਕੀਤਾ ਗਿਆ, ਯਾਨੀ ਕਿ 15 ਪੈਸੇ ਦਾ ਇਜ਼ਾਫਾ। ਇੱਕ ਤਾਂ ਗਰਮੀ ਦਾ ਮੌਸਮ, ਉੱਤੋਂ ਮਹਿੰਗੀ ਬਿਜਲੀ ਦਾ ਫਿਕਰ, ਲੋਕ ਸਰਕਾਰ ਤੋਂ ਖਾਸੇ ਖਫਾ ਨੇ ਪਰ ਗੁਹਾਰ ਵੀ ਲਾ ਰਹੇ ਨੇ। ਸਾਡੇ ਵਰਗਾ ਮਿਡਲ ਕਲਾਸ ਕਿੱਥੇ ਜਾਊਗਾ? ਸਾਡੇ ਰੇਟ ਵਧਾਈ ਜਾਣੇ ਆ, ਉਹਨਾਂ ਦੇ ਰੇਟ ਉਹਨਾਂ ਨੂੰ ਫ੍ਰੀ ਦੇਈ ਜਾਣੇ। ਅਸੀਂ ਫ੍ਰੀ ਦੇ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਫ੍ਰੀ ਨਾ ਦਿਓ, ਉਹਨਾਂ ਨੂੰ ਫ੍ਰੀ ਦਿਓ, ਲੇਕਿਨ ਸਾਡੇ ਤੇ ਨਾ ਘੱਟੋ ਘੱਟ ਵਧਾਓ। ਮਤਲਬ ਥੋੜੇ ਥੋੜੇ ਕਰਕੇ ਵਧਾਉਂਦੇ ਨੇ, ਪਤਾ ਨਾ ਲੱਗੇ, ਪਤਾ ਤੇ ਲੱਗਦਾ ਹੀ ਹੈ ਜੀ। ਸਰਕਾਰ ਨੂੰ ਬਿਜਲੀ ਦੇ ਰੇਟ ਨਹੀਂ ਵਧਾਉਣੇ ਚਾਹੀਦੇ ਸੀਗੇ। ਹੁਣ ਤਾਂ ਵੈਸੇ ਵੀ ਗਰਮੀ ਬਹੁਤ ਜ਼ੋਰ ਨਾਲ ਆ ਰਹੀ ਹੈਗੀ ਹੈ, ਹੁਣ ਤਾਂ ਏਸੀ ਵਗੈਰਾ ਵੀ ਚੱਲਣੇ ਹੈਗੇ ਆ, ਸਗੋਂ ਸਰਕਾਰ ਨੂੰ ਰੇਟ ਘਟਾਉਣੇ ਚਾਹੀਦੇ ਸੀ। ਅੱਜ ਕੱਲ ਇੰਨੀ ਮਹਿੰਗਾਈ ਹੈਗੀ ਆ, ਇੰਨੇ ਖਰਚੇ ਹੈਗੇ ਆ, ਸਰਕਾਰ ਨੂੰ ਇਸ ਦੇ ਬਾਰੇ ਜ਼ਰੂਰ ਕੁਛ ਨਾ ਕੁਛ ਸੋਚਣਾ ਚਾਹੀਦਾ ਹੈਗਾ ਆ। ਇਹ ਚੰਗੀ ਗੱਲ ਨਹੀਂ ਹੈਗੀ ਜੋ ਰੇਟ ਵਧਾ ਦਿੱਤੇ ਗਏ। ਗਰਮੀ ਹੁਣ ਜਿਸ ਆਉਂਦੀ ਪਈ, ਹੁਣ ਤਾਂ ਵੈਸੇ ਬਿਜਲੀ ਜ਼ਿਆਦਾ ਫੁੱਕੀ ਜਾਣੀ ਹੈ, ਅਤੇ ਉਸ ਹਿਸਾਬ ਨਾਲ ਅਜੇ ਨਹੀਂ ਵਧਾਉਣਾ ਚਾਹੀਦਾ ਇਹਨਾਂ ਨੂੰ। ਬਾਕੀ ਅੱਗੇ ਹੀ ਜਿਹੜੇ ਫ੍ਰੀ ਦਿੰਦੇ ਆ ਜੀ, ਕਹਿੰਦੇ ਫ੍ਰੀ ਦੀ ਬਜਾਏ ਜਿਸ ਤਰ੍ਹਾਂ ਮਤਲਬ ਅਸੀਂ 20 ਯੂਨਿਟ ਲਗਭਗ 75 ਯੂਨਿਟ ਵੱਧ ਗਿਆ, ਜਿਸ ਹਰ ਵਾਰੀ ਵਧਾਈ ਜਾਂਦੇ ਹੋ, ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿਸ ਜੇ ਤੁਸੀਂ 10 ਰੁਪਏ ਲੈ ਜਾਂਦੇ ਖਿੱਚ ਕੇ, ਤਾਂ ਤੁਸੀਂ ਬਜਾਏ 10 ਰੁਪਏ ਦੀ ਵਧਾਉਣ ਦੇ ਬਜਾਏ ਰੁਪਈਆ ਵਧਾ ਦੇ, ਜਿਹੜਾ ਫ੍ਰੀ ਦਿੰਦੇ ਉਹਦੇ ਵਿੱਚ ਰੁਪਈਆ 2 ਰੁਪਏ ਜਾਂ ਉਹਦੇ ਅੱਧੇ ਪੈਸੇ ਲਾਓ। ਕਮਰਸ਼ੀਅਲ ਅਤੇ ਇੰਡਸਟਰੀਅਲ ਦੋਵੇਂ ਸੈਕਟਰਾਂ ਦੇ ਵਿੱਚ ਬਿਜਲੀ ਦੀਆਂ ਦਰਾਂ ਵਧਾਈਆਂ ਗਈਆਂ ਨੇ। ਕਮਰਸ਼ੀਅਲ ਸਪਲਾਈ ਦੇ ਵਿੱਚ 100 ਯੂਨਿਟ ਤੱਕ ਅਤੇ 101 ਤੋਂ 500 ਯੂਨਿਟ ਤੱਕ ਦੀਆਂ ਦਰਾਂ ਦੇ ਵਿੱਚ ਹਾਲਾਂਕਿ ਵਾਧਾ ਨਹੀਂ ਕੀਤਾ ਗਿਆ, ਇਸੇ ਲਈ ਸਿਲਸਿਲੇਵਾਰ 6.91 ਪੈਸੇ ਅਤੇ 7.17 ਪੈਸੇ ਰੱਖੀਆਂ ਗਈਆਂ ਨੇ, ਜਦੋਂ ਕਿ ਕਮਰਸ਼ੀਅਲ ਸਪਲਾਈ ਦੇ ਵਿੱਚ 500 ਤੋਂ ਵੱਧ ਯੂਨਿਟ ਖਰਚਣ ਤੇ ਪ੍ਰਤੀ ਯੂਨਿਟ ਰੇਟ ਵਧਾਇਆ ਗਿਆ। 500 ਤੋਂ ਵੱਧ ਯੂਨਿਟ ਖਰਚਣ ਤੇ 7.29 ਤੋਂ ਵਧਾ ਕੇ 7.75 ਪੈਸੇ ਕੀਤੇ ਗਏ ਨੇ, ਯਾਨੀ ਕਿ 46 ਪੈਸੇ ਦਾ ਇਜ਼ਾਫਾ। ਇਸੇ ਲਈ ਦੁਕਾਨਦਾਰ ਤੇ ਉਦਯੋਗਪਤੀ ਖਫਾ ਨੇ। ਬਿਜਲੀ ਰੇਟ ਇਸ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਕਿ ਮੀਡੀਅਮ ਸਾਈਜ਼ ਬੰਦਾ ਇੱਕ ਜਿਹੜਾ ਜਿਹੜੇ ਨੇ ਨਹੀਂ ਜਿਹਨੂੰ ਕਰ ਸਕਦਾ ਪੇ, ਉਹ ਕਿਸੋ ਕਰੇਗਾ? ਮੈਂ ਯੂਨਿਟ ਜਿਹੜੀ ਫ੍ਰੀ ਬੱਤੀ ਹੈ ਉਹ ਫ੍ਰੀ ਬੰਦ ਕਰਕੇ ਔਰ ਜਿਹੜੇ ਮੀਡੀਅਮ ਵਾਲਾ ਰੇਟ ਘਟਾਤਾ ਜਾਓ ਯੂਨਿਟ ਦਾ, ਤਾਂ ਕਿ ਤੁਹਾਡਾ ਮੀਡੀਅਮ ਬੰਦਾ ਜਿਹੜਾ ਹੈਗਾ ਉਹ ਆਪਣੇ ਸਹੀ ਤਰ੍ਹਾਂ ਚਲਾ ਸਕੇ। ਨਾ ਇਸ ਦਾ ਕਾਰੋਬਾਰ ਚੱਲਦੇ ਆ, ਨਾ ਦੁਕਾਨ ਦੇ ਚੱਲ ਰਹੀ, ਮਾਰ ਪਾਸੇ ਮਹਿੰਗਾਈ ਜੋਰ ਪੈ ਰਿਹਾ ਮੀਡੀਅਮ ਬੰਦੇ ਤੇ ਪੈ ਰਿਹਾ। ਜੋ ਇੰਡਸਟਰੀ ਪੰਜਾਬ ਦੀ ਇੰਡਸਟਰੀ ਦੇ ਹਾਲਾਤ ਨੇ,
ਉਹ ਇਸ ਵੇਲੇ ਰੇਟ ਵਧਾਉਣ ਦੇ ਨਹੀਂ ਹੈਗੇ। ਉਹ ਮੰਦੇ ਦੀ ਲਹਿਰ ਚੱਲ ਰਹੀ ਹੈ, ਕਾਰੋਬਾਰ ਜਿਹੜੇ ਅੱਗੇ ਸੀ ਕਰਦੇ ਸੀ ਉਸ ਤੋਂ ਬਹੁਤ ਘੱਟ ਚੁੱਕੇ ਨੇ। ਅਸੀਂ ਸੀਐਮ ਨੂੰ ਵੀ ਇਹ ਗੱਲ ਕਹੀ ਵੀ ਰੈਗੂਲੇਟਰ ਜਿਹੜਾ ਨਾ ਪ੍ਰਾਈਸ ਟੈਰਿਫ ਵਧਾ ਰਿਹਾ, ਕਹਿੰਦਾ ਅਸੀਂ ਨਾ ਪ੍ਰਾਈਸ ਨਹੀਂ ਬਦਲ ਦਿਆਂਗੇ। ਸੀਐਮ ਦੀ ਵਰਸ਼ਨ ਸੀ ਸਾਡੇ ਨਾਲ, ਮੈਂ ਕਿਹਾ ਰੈਗੂਲੇਟਰ, ਕਹਿੰਦਾ ਰੈਗੂਲੇਟਰ ਵੀ ਤਾਂ ਸਾਡਾ ਹੀ ਹੈ ਨਾ, ਹੁਣ ਸਾਡੇ ਨਾਲ ਸੀਐਮ ਸਾਹਿਬ ਨੇ ਵਾਅਦਾ ਕੀਤਾ, ਸਾਡੀ ਮੀਟਿੰਗ 20 ਤਰੀਕ ਤੋਂ ਬਾਅਦ ਦੀਆਂ ਨੇ। ਹੁਣ ਬਿਜਲੀ ਦੇ ਰੇਟ ਵਧੇ ਨੇ, ਇਸ ਲਈ ਲਾਜ਼ਮ ਹੈ ਕਿ ਸਵਾਲ ਤਾਂ ਉੱਠਣਗੇ। ਇਸ ਲਈ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਮੁਫਤ ਬਿਜਲੀ ਵਾਲੇ ਲਾਭਪਾਤਰੀਆਂ ਤੇ ਕੋਈ ਅਸਰ ਨਹੀਂ ਪਏਗਾ। ਬਿਜਲੀ ਦੀਆਂ ਦਰਾਂ 'ਚ ਵਾਧੇ ਦਾ ਖਰਚਾ ਸਰਕਾਰ ਦੇਵੇਗੀ, ਇਸ ਦਾ ਆਮ ਲੋਕਾਂ 'ਤੇ ਕੋਈ ਬੋਝ ਨਹੀਂ ਪਵੇਗਾ। 600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ 'ਤੇ ਅਸਰ ਨਹੀਂ ਪਵੇਗਾ। ਮੁੱਖ ਮੰਤਰੀ ਸਾਹਿਬ ਦੇ ਦਾਅਵੇ ਇੱਕ ਪਾਸੇ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਗਰਮੀ ਦੇ ਮੌਸਮ 'ਚ ਬਿਜਲੀ ਦੀ ਖਪਤ ਵਧਣੀ ਤੈਅ ਤੇ ਬਿੱਲ ਵੀ ਆਇਆ ਕਰਨਗੇ, ਇਸ ਤੋਂ ਵੀ ਇਨਕਾਰ ਨਹੀਂ ਕਰ ਸਕਦੇ। ਇਸੇ ਲਈ ਸਵਾਲ ਕਈ ਨੇ, ਹੁਣ ਬਿਜਲੀ ਦੇ ਰੇਟ ਵਧੇ ਨੇ ਫਿਰ ਭਲਾ ਸਿਆਸਤ ਕਰੰਟ ਕਿਵੇਂ ਨਾ ਫੜਦੀ? ਇਸੇ ਲਈ ਵਿਰੋਧੀਆਂ ਨੇ ਮਾਨ ਸਰਕਾਰ ਨੂੰ ਘੇਰ ਲਿਆ। ਮੈਂ ਇਸ ਕਰਕੇ ਕਹਿੰਦਾ ਸੀ ਕਿ ਕਿਰਪਾ ਕਰਕੇ ਇਹਨਾਂ ਨੂੰ ਤੁਸੀਂ ਇਹਨਾਂ ਦੇ ਖਿਲਾਫ ਵੋਟਾਂ ਪਾਓ ਤਾਂ ਜੋ ਇਹਨਾਂ ਨੂੰ ਥੋੜ੍ਹਾ ਮੋਟਾ ਅਕਲ ਟਿਕਾਣੇ ਰਵੇ। ਇਹ ਸਰਾਸਰ ਧੱਕਾ ਹੈ, ਇਹਦੇ 'ਤੇ ਅਸੀਂ ਬਿਲਕੁਲ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ। ਪੰਜਾਬ 'ਤੇ ਲੋਕਾਂ 'ਤੇ ਵਾਧੂ ਬੋਝ ਪਾਇਆ ਗਿਆ, ਕਿਉਂਕਿ ਬਿਜਲੀ ਇਹ ਦੇ ਹੀ ਨਹੀਂ ਸਕਦੇ। ਅਸੀਂ ਵਾਰ ਵਾਰ ਵਿਧਾਨ ਸਭਾ 'ਚ ਵੀ ਕਿਹਾ ਸੀ ਵੀ ਕਿੱਦਾਂ ਤੁਸੀਂ ਬਿਜਲੀ ਦਿਓਗੇ ਕਿਵੇਂ। ਜਲੰਧਰ ਵਾਲਿਓ, ਅਜੇ ਇਲੈਕਸ਼ਨ ਕੱਲ੍ਹ ਖਤਮ ਹੋਇਆ ਅਤੇ ਅੱਜ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦਾ ਕੰਜ਼ੂਮਰ ਕੱਢ ਕੇ ਰੱਖ ਦਿੱਤਾ ਔਰ ਬਿਜਲੀ ਦੇ ਰੇਟਾਂ ਦੇ ਵਿੱਚ ਭਾਰੀ ਵਾਧਾ ਕਰਕੇ ਇਹ ਲੋਕਾਂ ਦਾ ਲੱਕ ਤੋੜਿਆ। ਔਰ ਹੈਰਾਨਗੀ ਇਸ ਗੱਲ ਦੀ ਹੈ ਕਿ ਅੱਗੇ ਮੈਂ ਰੋਜ਼ ਹੀ ਕਹਿੰਦਾ ਕਿ ਇਹ ਫਰਾਡ ਆਦਮੀ ਪਾਰਟੀ 4 ਦਿਨ ਰਿਲੀਫ ਦਿੰਦੀ ਹੈ ਅਤੇ ਉਹਦੇ ਬਾਅਦ ਵੱਖ ਵੱਖ ਤਰ੍ਹਾਂ ਦੇ ਨਾਲ ਲੋਕਾਂ ਦਾ ਖੂਨ ਨਚੋੜ ਰਿਹਾ। ਇਹ ਲੋਕਾਂ ਦਾ ਖੂਨ ਨਚੋੜਿਆ ਔਰ ਅਸੀਂ ਇਹਦੀ ਮੁਖਾਲਫਤ ਕਰਾਂਗੇ, ਧਰਨੇ ਲਾਵਾਂਗੇ, ਮਜ਼ਾਰੇ ਕਰਾਂਗੇ। ਕੋਈ ਵੀ ਡਿਪਾਰਟਮੈਂਟ ਹੈ ਆਪਣੇ ਖਰਚਿਆਂ ਨੂੰ ਅਨੈਲਿਸਿਸ ਕਰਦਾ, ਕੋਲੇ ਦੇ ਖਰਚੇ ਵਧੇ ਹੋਊਗੇ, ਕੋਈ ਸੈਂਟਰ ਗਵਰਨਮੈਂਟ ਨੇ ਕਈ ਵਾਰੀ ਫਰੇਟ ਵੱਧ ਜਾਂਦੇ ਆ ਜਾਂ ਇੱਦਾਂ ਦੇ ਬਹੁਤ ਸਾਰੇ ਖਰਚੇ ਹੁੰਦੇ, ਉਹਨੂੰ ਅਨੈਲਿਸਿਸ ਕਰਦਾ। ਉਹ ਅੱਜ ਅਗਰ ਕੋਈ ਇੱਦਾਂ ਇਹਨਾਂ ਨੇ ਆਪਸ ਅਨੈਲਿਸਿਸ ਕੀਤਾ, ਲੇਕਿਨ ਲੋਕਾਂ 'ਤੇ ਜ਼ਿਆਦਾ ਬੋਝ ਨਹੀਂ ਪੈਣ ਦਿਆਂਗੇ। ਮੈਂ ਤੁਹਾਨੂੰ ਸੀਐਮ ਸਾਹਿਬ ਨੇ ਜਿਹੜਾ 600 ਯੂਨਿਟ ਮਾਫ਼ ਦਾ ਉਹਦਾ ਤਾਂ ਕਹਿ ਹੀ ਦਿੱਤਾ ਵੀ ਉੱਥੇ ਕੋਈ ਫਰਕ ਨਹੀਂ ਪਏਗਾ, ਔਰ ਅਗਰ ਲੋਕਾਂ 'ਤੇ ਵੀ ਜ਼ਿਆਦਾ ਬੋਝ ਨਹੀਂ ਪੈਣ ਦਿੱਤਾ ਜਾਏਗਾ, ਇਹਦਾ ਅਨੈਲਿਸਿਸ ਦੁਆਰਾ ਕੀਤਾ ਜਾਏਗਾ, ਲੇਕਿਨ ਲੋਕਾਂ 'ਤੇ ਘੱਟ ਤੋਂ ਘੱਟ ਬੋਝ ਪਏਗਾ। ਮਹਿੰਗੀ ਬਿਜਲੀ ਪੰਜਾਬ ਦੀ ਦੁੱਖ ਦੀ ਰਗ ਰਹੀ ਹੈ। ਚੰਨੀ ਸਰਕਾਰ 'ਚ ਬਿਜਲੀ ਦਰਾਂ ਘਟਾਈਆਂ ਗਈਆਂ ਸਨ, ਉਸ ਤੋਂ ਬਾਅਦ ਮਾਨ ਸਰਕਾਰ ਨੇ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦੇਣਾ ਸ਼ੁਰੂ ਕੀਤਾ। ਜ਼ੀਰੋ ਬਿੱਲਾਂ ਦਾ ਅਸਰ ਜਲੰਧਰ ਜ਼ਿਮਨੀ ਚੋਣ 'ਚ ਵੀ ਦਿਖਿਆ, ਪਰ ਗਰਮੀ ਦੇ ਤਪਦੇ ਜੇਠ ਹੜ੍ਹ ਦੇ ਮਹੀਨੇ 'ਚ ਵਧੇ ਬਿਜਲੀ ਰੇਟਾਂ ਨੇ ਪੰਜਾਬੀਆਂ ਦਾ ਪਾਰਾ ਵਧਾ ਦਿੱਤਾ।